ਖਰਾਬ ਹੋਇਆ 2 ਵਜੇ ਉਹਨਾਂ ਨੇ ਥਾਣੇ ਦੇ ਬਾਹਰ ਬਹੁਤ ਦੇਰ ਪ੍ਰੋਟੈਸਟ ਕੀਤਾ। ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਇੱਦਾਂ ਕਰਕੇ ਇੱਕ ਮਸਜਿਦ ਹੈ, ਪੁਰਾਣੀ ਮਸਜਿਦ ਹੈ, ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ। ਉਹਦਾ ਕੋਈ ਆਪਸ 'ਚ ਰੌਲਾ ਚੱਲ ਰਿਹਾ ਸੀਗਾ, ਦੋ ਪਾਰਟੀਜ਼ ਦਾ, ਮੁਸਲਿਮ ਕਮਿਊਨਿਟੀ ਵਾਕਫ ਬੋਰਡ ਦਾ ਅਤੇ ਇੱਕ ਉੱਥੇ ਕੋਈ ਸੈਣੀ ਹੈ, ਮਿਸਟਰ ਸੈਣੀ ਹੈ, ਉਹਨਾਂ ਦਾ ਆਪਸ ਚੱਲ ਰਿਹਾ ਸੀਗਾ ਜਿਹਦੇ ਕੋਰਟ ਦੇ ਕੇਸਿਸ ਵੀ ਚੱਲ ਰਹੇ ਨੇ। ਅਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ, ਮੁਸਲਿਮ ਪਾਰਟੀ ਵੱਲੋਂ ਅਲੈਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਥੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਹੈ JCB ਦੇ ਨਾਲ, ਅਤੇ ਉਹਨਾਂ ਨੂੰ ਗਲਤ ਬੋਲਿਆ ਅਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ ਉਹਨਾਂ ਨੂੰ ਕੁਛ ਗਲਤ ਸ਼ਬਦ ਬੋਲੇ ਨੇ। ਅਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਕੇ ਉਹਦੇ 'ਚ ਪ੍ਰੋਪਰ ਅਸੀਂ FIR ਲੌਜ ਕਰਦੀ ਹੈ, ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਅਕੋਰਡਿੰਗ ਹੀ FIR ਲੌਜ ਕਰਦੀ ਹੈ, ਅਤੇ ਜਿਹੜਾ ਦੋਸ਼ੀ ਉਹਨੂੰ ਅਰੈਸਟ ਕਰ ਲਿਆ। ਅਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਕੰਪਲੇਨਰ ਨੇ ਉਹ ਸੈਟਿਸਫਾਈਡ ਨੇ ਅਤੇ ਮਾਹੌਲ ਠੀਕ ਹੈ, ਕੋਈ ਇੰਨੀ ਵੱਡੀ ਗੱਲ ਨਹੀਂ ਸੀ। ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋਦਮ ਜਦੋਂ ਹੋਇਆ ਕੁਛ 'ਚ ਐਲੀਮੈਂਟਸ ਵਗੈਰਾ ਜਾਂ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ, ਪਰ ਪੁਲਿਸ ਨੇ ਜਿਹੜੀ ਸੀਗੀ ਵਿਦਇਨ ਜੋ ਸਟਿਪੂਲੇਟਡ ਟਾਈਮ ਸੀਗਾ, ਜੋ ਟਾਈਮ ਸੀਗਾ ਉਹਦੇ 'ਚ ਕਾਰਵਾਈ ਕੀਤੀ ਹੈ, ਦੋਸ਼ੀ ਨੂੰ ਵੀ ਫੜ ਲਿਆ ਅਤੇ ਮਾਹੌਲ ਠੀਕ ਹੈ ਹੁਣ। ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਅਕੋਰਡਿੰਗਲੀ ਵੀ ਹਾਂ ਵੀ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਧਰਮ ਬਾਰੇ ਉਹਦੇ ਅਕੋਰਡਿੰਗ, ਅਤੇ ਇੱਕ ਜਿਹੜਾ ਕੰਧ ਨੂੰ ਨੁਕਸਾਨ ਪਹੁੰਚਾਇਆ ਉਹਦੇ ਰਿਗਾਰਡਿੰਗ ਅਸੀਂ ਦੋਨਾਂ ਧਰਾਂ ਦੇ ਅੰਦਰ ਕੀਤਾ ਜੀ। ਇੱਕ ਮੁਸਲਿਮ ਸਮਾਜ 'ਚ ਡਰ ਹੈ, ਇੱਕ ਵਿੱਚ ਪ੍ਰੈਸ ਰਿਪੋਰਟਰ ਹੈ ਮੁੰਡਾ, ਕੋਈ ਲੋਕਲ ਪੇਪਰ ਕਰਦਾ ਹੋਇਆ, ਉਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਮਾਮਲੇ ਨੂੰ ਜਾਣ ਕੇ ਦਬਾਇਆ ਜਾ ਰਿਹਾ ਹੈ, ਥੋੜ੍ਹਾ ਜਿਹਾ ਉਹ ਵੀ ਇੱਕ ਐਲੀਗੇਸ਼ਨ ਮੁਸਲਿਮ ਸਮਾਜ ਵੱਲੋਂ ਪ੍ਰੈਸ ਨੂੰ ਵੀ ਫੋਨ ਕਰਕੇ ਲਾਇਆ ਜਾ ਰਿਹਾ। ਨਹੀਂ, ਸਾਡੇ ਕੋਲ ਮੈਨੂੰ ਮਿਲ ਕੇ ਕਹਿੰਦੇ ਹੋਣੇ ਦੇ ਆਰ ਫੁੱਲੀ ਸੈਟਿਸਫਾਈਡ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਫੁੱਲੀ ਸੈਟਿਸਫਾਈਡ ਨੇ, ਦਬਾਉਣ ਵਾਲੀ ਗੱਲ ਹੀ ਨਹੀਂ, ਜਦੋਂ FIR ਲੌਜ ਕਰਦੀ ਹੈ ਬੰਦਾ ਅਰੈਸਟ ਕਰ ਲਿਆ। ਥੈਂਕ ਯੂ।